ਸਸਕਾਲ ਜੀ ਮੈਂ ਹਰਨਵੀਰ ਸਿੰਘ ਰਾਣਾ ਤੇ ਇਸ ਵੇਲੇ ਦੀ ਵੱਡੀ ਖਬਰ ਗੜ ਸ਼ੰਕਰ ਦੇ ਪਿੰਡ ਰੁੜਕੀ ਖਾਸ ਤੋਂ ਆ ਰਹੀ ਹੈ ਜਿੱਥੇ ਇੱਕ ਫਾਈਟਰ ਪਲੇਨ ਕ੍ਰੈਸ਼ ਹੋ ਗਿਆ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਫਾਈਟਰ ਪਲੇਨ ਕ੍ਰੈਸ਼ ਹੋਇਆ, ਹਾਲਾਂਕਿ ਪਾਇਲਟ ਦਾ ਬਚਾਅ ਹੋ ਗਿਆ ਦੱਸਿਆ ਇਹ ਜਾ ਰਿਹਾ ਹੈ। ਤਾਜ਼ਾ ਖਬਰ ਹੈ ਜਿਸ ਤਰੀਕੇ ਦੇ ਨਾਲ ਗੜ ਸ਼ੰਕਰ ਦਾ ਪਿੰਡ ਹੈ ਇਹ ਰੁੜਕੀ ਖਾਸ, ਜਿੱਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਦੱਸਿਆ ਜਾ ਰਿਹਾ ਕਿ ਇੱਕ ਫਾਈਟਰ ਪਲੇਨ ਹੈ ਜੋ ਮੁੱਢਲੀ ਜਾਣਕਾਰੀ ਹਾਲੇ ਮਿਲ ਰਹੀ ਹੈ ਜੋ ਕ੍ਰੈਸ਼ ਹੋ ਗਿਆ ਹੈ। ਜਿਸ ਤਰੀਕੇ ਦੇ ਨਾਲ ਪਾਇਲਟ ਦੀ ਜਾਨ ਜ਼ਰੂਰ ਬਚੀ ਹੈ ਅਤੇ ਪਾਇਲਟ ਕੁਝ ਦੇਰ ਪਹਿਲਾਂ ਹੀ ਜੋ ਜਹਾਜ਼ ਤੋਂ ਉਸਨੇ ਛਾਲ ਮਾਰ ਦਿੱਤੀ, ਪਰ ਇਹ ਤਸਵੀਰਾਂ ਜੋ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਪਿੰਡ ਹੈ ਜਿਹੜਾ ਇਹ ਰੁੜਕੀ ਖਾਸ ਪਿੰਡ ਹੈ ਗੜ ਸ਼ੰਕਰ ਦਾ, ਜਿੱਥੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਤਸਵੀਰਾਂ ਜਿਹੜੀਆਂ ਨੇ ਇਹ ਫਾਈਟਰ ਪਲੇਨ ਦੀਆਂ ਨੇ ਜਿੱਥੇ ਇਹ ਫਾਈਟਰ ਪਲੇਨ ਕ੍ਰੈਸ਼ ਹੋਇਆ ਹੈ। ਅਤੇ ਇਨਫੋਰਮੇਸ਼ਨ ਲਵੀ ਲੈਣ ਦੀ ਹੋਰ ਕੋਸ਼ਿਸ਼ ਕਰ ਰਹੇ ਹਾਂ। ਮੁੱਢਲੀ ਜਾਣਕਾਰੀ ਦੇ ਮੁਤਾਬਕ ਇਹ ਫਾਈਟਰ ਪਲੇਨ ਸੀਗਾ ਜੋ ਕ੍ਰੈਸ਼ ਹੋਇਆ ਹੈ ਅਤੇ ਕਿਸੇ ਦੇ ਹਾਲਾਂਕਿ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਸਾਡੇ ਪੱਤਰਕਾਰ ਸੰਜੀਵ ਸਾਡੇ ਨਾਲ ਗੜ ਸ਼ੰਕਰ ਤੋਂ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮੌਕੇ 'ਤੇ ਮੌਜੂਦ ਨੇ ਰੁੜਕੀ ਖਾਸ ਪਿੰਡ ਦੱਸਿਆ ਜਾ ਰਿਹਾ ਗੜ ਸ਼ੰਕਰ ਦਾ। ਸੰਜੀਵ, ਕੀ ਅਪਡੇਟ ਮਿਲ ਰਹੀ ਹੈ ਹੁਣ ਤੱਕ ਦੀ? ਸਰ, ਦੱਸਿਆ ਜਾ ਰਿਹਾ ਕਿ ਇੱਥੇ ਜਦੋਂ ਹਵਾਈ ਤੋਂ ਜਿਹੜਾ ਹੈਲੀਕਾਪਟਰ ਜਦੋਂ ਉੱਡ ਰਿਹਾ ਸੀਗਾ, ਟੈਕਨੀਕਲ ਕੋਲ ਪ੍ਰੋਬਲਮ ਆ ਗਈ, ਉੱਥੇ ਬਾਅਦ ਇਹ ਲੈਂਡ ਕੀਤਾ। ਮਤਲਬ ਜਿਹੜਾ ਪਾਇਲਟ ਸੀਗਾ ਉਹ ਵੀ ਮੌਜੂਦ ਸੀ ਜਦੋਂ ਇਹਦੇ ਵਿੱਚ, ਉੱਥੇ ਬਾਅਦ ਹੁਣ ਇਹਦਾ ਟ੍ਰੀਟਮੈਂਟ ਚੱਲ ਰਿਹਾ ਜੀ। ਬਾਕੀ ਇੱਥੇ ਮੌਕੇ 'ਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਚੁੱਕੇ ਹੈ ਜੀ ਇੱਥੇ ਮੌਕੇ 'ਤੇ, ਅਤੇ ਬਾਕੀ ਦਾ ਜਿਹੜਾ ਜਿਹੜਾ ਹਵਾਈ ਹੈਲੀਕਾਪਟਰ ਉੱਡ ਰਿਹਾ ਸੀਗਾ ਉਹਦੇ ਜਿਹੜਾ ਪਾਇਲਟ ਸੀਗਾ ਉਹਦੀ ਟ੍ਰੀਟਮੈਂਟ ਕੀਤਾ ਜਾ ਰਿਹਾ, ਅਤੇ ਮੌਕੇ 'ਤੇ ਇੱਕ ਹੋਰ ਹੈਲੀਕਾਪਟਰ ਮੌਕੇ 'ਤੇ ਪਹੁੰਚ ਚੁੱਕਾ ਇਸ ਟਾਈਮ। ਇਹ ਪਲੇਨ ਇਹ ਜਿਹੜਾ ਦੱਸਿਆ ਜਾ ਰਿਹਾ ਹੈ ਇਹ ਫੌਜ ਦਾ ਦੱਸਿਆ ਜਾ ਰਿਹਾ ਹੈ, ਕਿਹੜਾ ਪਲੇਨ ਸੀਗਾ ਕੋਈ ਕੁਝ ਸਾਹਮਣੇ ਆ ਸਕੀ ਜਾਣਕਾਰੀ? ਫੌਜ ਦਾ ਜਹਾਜ਼ ਸੀਗਾ, ਪਰ ਇਹਦੇ ਵਿੱਚ ਇੱਕੋ ਹੀ ਸਿਰਫ ਪਾਇਲਟ ਹੀ ਮੌਜੂਦ ਸੀ ਮੌਕੇ 'ਤੇ ਜੀ ਜੀ, ਅਤੇ ਹੁਣ ਉਹਦਾ ਟ੍ਰੀਟਮੈਂਟ ਕੀਤਾ ਜਾ ਰਿਹਾ, ਅਤੇ ਮੌਕੇ 'ਤੇ ਇੱਕ ਹੋਰ ਇਸ ਟਾਈਮ ਹੈਲੀਪੈਡ ਉੱਥੇ ਪਹੁੰਚ ਚੁੱਕਾ ਹੈਲੀਕਾਪਟਰ, ਜਿਹਦੇ ਜੀ। ਸੰਜੀਵ, ਤੁਸੀਂ ਬਣੇ ਰਹੋ, ਅਸੀਂ ਤੁਹਾਨੂੰ ਅਪਡੇਟ ਲੈਂਦੇ ਹਾਂ ਤੁਹਾਤੋਂ। ਸੋ ਦੱਸ ਦਈਏ ਕਿ ਸਾਡੇ ਪੱਤਰਕਾਰ ਸੰਜੀਵ ਜਿਹੜੇ ਨੇ ਉਹ ਗੜ ਸ਼ੰਕਰ ਤੋਂ ਉਹ ਮੌਕੇ ਤੋਂ ਮੌਜੂਦ ਨੇ ਅਤੇ ਉਹਨਾਂ ਤੋਂ ਅਪਡੇਟ ਲੈਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ। ਦੱਸਿਆ ਇਹ ਜਾ ਰਿਹਾ ਹੁਣ ਤੱਕ ਦੀ ਇਨਫੋਰਮੇਸ਼ਨ ਦੇ ਮੁਤਾਬਕ ਕਿ ਫਾਈਟਰ ਪਲੇਨ ਸੀਗਾ, ਇਸ ਦੇ ਵਿੱਚ ਇੱਕ ਪਾਇਲਟ ਸੀਗਾ ਜਿਸ ਦੇ ਸੱਟਾਂ ਵੱਜੀਆਂ ਨੇ, ਜ਼ਖਮੀ ਹੋਇਆ, ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ ਹੋਏ ਨੇ। ਸੰਜੀਵ, ਕਾਫੀ ਲੋਕ ਇੱਥੇ ਮੌਜੂਦ ਨੇ ਆਲੇ ਦੁਆਲੇ ਦੇ ਪਿੰਡਾਂ ਦੇ, ਕਿਹੜਾ ਪਿੰਡ ਹੈ ਇਹ ਅਤੇ ਕਿਸ ਵੇਲੇ ਦੀ ਇਹ ਜਿਹੜੀ ਘਟਨਾ ਇਹ ਹਾਦਸਾ ਇਹ ਦੱਸਿਆ ਜਾ ਰਿਹਾ ਹੈ ਕੁਝ ਦੇਰ ਪਹਿਲਾਂ ਦੀ ਗੱਲ ਹੈ? ਸੰਜੀਵ, ਕਿੱਥੋਂ ਉਡਾਨ ਭਰੀ ਸੀਗੀ, ਕੀ ਕੁਝ ਟ੍ਰੇਨਿੰਗ ਹੋ ਰਹੀ ਸੀ, ਸਿਖਲਾਈ ਹੋ ਰਹੀ ਸੀਗੀ? ਦੱਸਿਆ ਜਾ ਰਿਹਾ ਕਿ ਕਿਸੇ ਸਾਹਿਲ ਕਿਤੇ ਜਾ ਰਿਹਾ ਸੀਗਾ ਮੌਕੇ ਤੇ, ਅਜੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਾਡੀ ਗੱਲ ਨਹੀਂ ਹੋਈ ਹੈ ਜੀ, ਜਿਸ ਕਰਕੇ ਅਜੇ ਕੁਛ ਵੀ ਕਿਹਾ ਨਹੀਂ ਜਾ ਸਕਦਾ। ਜੋ ਪਾਇਲਟ ਹੈ ਉਸਦੀ ਹਾਲਤ ਕਿਸ ਤਰ੍ਹਾਂ ਦੀ ਹੈ, ਜੋ ਪਾਇਲਟ ਹੈ, ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਹਾਦਸਾ ਵਾਪਰਨ ਤੋਂ ਕੁਝ ਦੇਰ ਪਹਿਲਾਂ ਉਸਨੇ ਜੋ ਪਲੇਨ ਹੈਗਾ ਉਹਦੇ ਵਿੱਚ ਛਾਲ ਮਾਰ ਦਿੱਤੀ ਸੀ ਜੀ। ਵੈਸੇ ਤਾਂ ਉਹਨੇ ਸਥਿਤੀ ਨਾਜ਼ੁਕ ਹੈ, ਪਰ ਜਿਸ ਹਿਸਾਬ ਨਾਲ ਉਹ ਟ੍ਰੀਟਮੈਂਟ ਕੀਤਾ ਜਾ ਰਿਹਾ ਤਾਂ ਉਮੀਦ ਹੈ ਕਿ ਜਲਦੀ ਠੀਕ ਹੋ ਜਾਊਗਾ ਜੀ। ਕਿੱਥੇ ਇਲਾਜ ਕੀਤਾ ਜਾ ਰਿਹਾ, ਕਿਸੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਸੰਜੀਵ ਉਸਨੂੰ? ਇਸ ਟਾਈਮ ਤਾਂ ਮੌਕੇ ਤੇ ਹੀ ਮੌਜੂਦ ਹੈ ਜੀ। ਜੀ ਜੀ, ਹਾਲੇ ਮੌਕੇ ਤੇ ਇਲਾਜ ਕੀਤਾ ਜਾ ਰਿਹਾ ਜੀ ਜੀ। ਕਿੰਨੇ ਕੁ ਗਿਣਤੀ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਕੌਣ ਕੌਣ ਪਹੁੰਚੇ ਨੇ ਇੱਥੇ? ਜੀ ਜੀ, ਜਿਸ ਤਰੀਕੇ ਦੇ ਨਾਲ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਨੇ ਸੰਜੀਵ, ਲੋਕਾਂ ਨੂੰ ਵੀ ਦੂਰ ਕੀਤਾ ਜਾ ਰਿਹਾ ਇਸ ਥਾਂ ਤੋਂ, ਕਿਉਂਕਿ ਭੀੜ ਕਾਫੀ ਸੀਗੀ ਜੁਟੀ ਹੋਈ ਇੱਥੇ ਦੇਖ ਰਹੇ ਹਾਂ ਅਸੀਂ ਜੋ ਜੀ ਜੀ। ਸੋ ਇਹ ਤੁਸੀਂ ਬਣੇ ਰਹੋ ਸਾਡੇ ਨਾਲ ਸੰਜੀਵ। ਸੋ ਦੱਸ ਦਈਏ ਕਿ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਇਸ ਵੇਲੇ ਜੋ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਤਸਵੀਰਾਂ ਜਿਹੜੀਆਂ ਨੇ ਇਹ ਗੜ ਸ਼ੰਕਰ ਦੇ ਪਿੰਡ ਰੁੜਕੀ ਖਾਸ ਦੀਆਂ ਇਹ ਤਸਵੀਰਾਂ ਨੇ, ਜਿੱਥੇ ਫਾਈਟਰ ਪਲੇਨ ਦੱਸਿਆ ਜਾ ਰਿਹਾ ਹੈ ਜੋ ਕ੍ਰੈਸ਼ ਹੋਇਆ ਹੈ।
एक्सक्लूसिव तस्वीरां तुहानूं दिखा रहे हां। हालांकि पायलट की हालत गंभीर दसी जा रही है, जिस दा हुण इलाज भी किया जा रहा है। तो हालांकि हादसे के कारणों की जांच भी होगी कि हादसा किवें वापरिया, क्यों वापरिया, की कुछ तकनीकी खराबी इस प्लेन दे विच आई जां क्यों, जां इह जिहड़ी सिखलाई दित्ती जा रही सी कि फाइटर प्लेन जिहड़ा सीगा इह सिखलाई दित्ती जा रही सीगी, जां इस दा कोई होर कारण है। सो तस्वीरां तुसीं देख सकदे हो कि फाइटर प्लेन क्रैश होया है। उस तो बाद वड्डी गिणती दे विच लोक भी आले दुआले दे पिंडां दे जिहड़े ने ਉਹ ਇੱਥੇ ਪਹੁੰਚੇ ਹੋਏ ਨੇ। ਇੱਕ ਪਾਸੇ ਕਰੋਨਾ ਦੀ ਮਹਾਮਾਰੀ ਚੱਲ ਰਹੀ ਹੈ ਅਤੇ ਦੂਜੇ ਪਾਸੇ ਇਹ ਹਾਦਸਾ ਵਾਪਰਿਆ ਹੈ। ਸੋ ਗੜ ਸ਼ੰਕਰ ਦਾ ਪਿੰਡ ਰੁੜਕੀ ਖਾਸ, ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਪਲੇਨ ਨੂੰ ਅੱਗ ਲੱਗੀ ਹੈ ਅਤੇ ਸ਼ਾਇਦ ਇਹ ਜਿਹੜੇ ਕਣਕ ਦਾ ਵੱਢ ਜਿਹੜਾ ਉਸ ਨੂੰ ਵੀ ਅੱਗ ਲੱਗ ਗਈ ਹੈ। ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ, ਇਸ ਵੇਲੇ ਤੁਹਾਨੂੰ ਦਿਖਾ ਰਹੇ ਹਾਂ। ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਐਕਸਕਲੂਸਿਵ ਤਸਵੀਰਾਂ ਇਸ ਵੇਲੇ ਤੁਸੀਂ ਦੇਖ ਪਾ ਰਹੇ ਹੋ। ਅਸੀਂ ਇਨਫੋਰਮੇਸ਼ਨ ਹੋਰ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਪਲੇਨ ਜਿਹੜਾ ਇਹ ਕ੍ਰੈਸ਼ ਹੋਇਆ ਹੈ ਅਤੇ ਪਾਇਲਟ ਵੀ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਇੱਥੇ ਇਕੱਠੇ ਹੋਏ ਨੇ, ਗੜ ਸ਼ੰਕਰ ਦਾ ਪਿੰਡ ਰੁੜਕੀ ਖਾਸ ਜਿੱਥੇ ਫਾਈਟਰ ਪਲੇਨ ਇਹ ਕ੍ਰੈਸ਼ ਹੋਇਆ ਹੈ। ਮੌਕੇ 'ਤੇ ਮੌਜੂਦ ਨੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ 'ਤੇ ਮੌਜੂਦ ਨੇ, ਬਚਾਅ ਅਤੇ ਰਾਹਤ ਕਾਰਜ ਜਾਰੀ ਨੇ। ਹਾਲਾਂਕਿ ਪਲੇਨ ਪੂਰੀ ਤਰ੍ਹਾਂ ਕ੍ਰੈਸ਼ ਹੋ ਗਿਆ, ਅੱਗ ਲੱਗ ਗਈ, ਖੇਤ ਨੂੰ ਵੀ ਅੱਗ ਲੱਗੀ ਦਿਖਾਈ ਦੇ ਰਹੀ ਹੈ। ਸੋ ਇਹ ਗੜ ਸ਼ੰਕਰ ਦਾ ਪਿੰਡ ਰੁੜਕੀ ਖਾਸ ਹੈ। ਅਸੀਂ ਇਸ ਖਬਰ 'ਤੇ ਬਣੇ ਹੋਏ ਹਾਂ, ਲਗਾਤਾਰ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪ੍ਰਸ਼ਾਸਨਿਕ ਅਧਿਕਾਰੀ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਦਰਅਸਲ ਪ੍ਰਸ਼ਾਸਨਿਕ ਅਧਿਕਾਰੀ ਨੇ ਜਿਹੜੇ ਉਹ ਵੀ ਮੌਕੇ 'ਤੇ ਮੌਜੂਦ ਨੇ, ਰਾਹਤ ਅਤੇ ਬਚਾਅ ਕਾਰਜ ਜਾਰੀ ਨੇ। ਅਸੀਂ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਹੜੇ ਦਰਸ਼ਕ ਸਾਡੇ ਨਾਲ ਹੁਣੇ ਜੁੜੇ ਨੇ ਉਹਨਾਂ ਨੂੰ ਇੱਕ ਵਾਰ ਫਿਰ ਦੱਸ ਦਿੰਦੇ ਹਾਂ ਕਿ ਗੜ ਸ਼ੰਕਰ ਦਾ ਪਿੰਡ ਰੁੜਕੀ ਖਾਸ ਹੈ, ਜਿੱਥੇ ਫਾਈਟਰ ਪਲੇਨ ਕ੍ਰੈਸ਼ ਹੋਇਆ ਅਤੇ ਪਾਇਲਟ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਅੱਗ ਦੀਆਂ ਲਪਟਾਂ, ਜੋ ਧੂੰਆਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਵਾ ਦੇ ਵਿੱਚ ਵੀ ਨਜ਼ਰ ਆਇਆ ਹੈ ਅਤੇ ਉਸ ਤੋਂ ਬਾਅਦ ਜਦੋਂ ਖੇਤ ਦੇ ਵਿੱਚ ਡਿੱਗਿਆ ਹੈ ਉਦੋਂ ਵੀ ਇਹ ਤਸਵੀਰਾਂ ਜਿਹੜੀਆਂ ਮੌਕੇ 'ਤੇ ਮੌਜੂਦ ਲੋਕਾਂ ਦੇ ਵੱਲੋਂ ਇਹ ਭੇਜੀਆਂ ਗਈਆਂ ਨੇ। ਸੋ ਇਹ ਗੜਸ਼ੰਕਰ ਦਾ ਪਿੰਡ ਹੈ ਰੁੜਕੀ ਖਾਸ, ਜਿੱਥੇ ਇਹ ਹਾਦਸਾ ਵਾਪਰਿਆ ਹੈ। ਹਾਲਾਂਕਿ ਬਚਾਅ ਇਹ ਰਿਹਾ ਕਿ ਇਹ ਪਿੰਡ ਦੇ ਬਾਹਰ ਇਹ ਪਲੇਨ ਕ੍ਰੈਸ਼ ਹੋਇਆ। ਜੇਕਰ ਵਸੋਂ ਵਾਲੀ ਥਾਂ 'ਤੇ ਇਹ ਪਲੇਨ ਡਿੱਗਦਾ ਤਾਂ ਨੁਕਸਾਨ ਹੋਰ ਵੀ ਵੱਡਾ ਹੋ ਸਕਦਾ ਸੀ। ਸੋ ਦੇਖ ਪਾ ਰਹੇ ਹੋ ਤੁਸੀਂ ਤਸਵੀਰਾਂ ਇਸ ਵੇਲੇ ਕਿ ਕਿਸ ਤਰੀਕੇ ਦੇ ਨਾਲ ਇਹ ਪਲੇਨ ਕ੍ਰੈਸ਼ ਹੋਇਆ ਅਤੇ ਪਾਇਲਟ ਦੀ ਜਾਨ ਭਾਵੇਂ ਬਚ ਗਈ ਹੈ ਪਰ ਗੰਭੀਰ ਜ਼ਖਮੀ ਹਾਲੇ ਦੱਸਿਆ ਜਾ ਰਿਹਾ, ਇਲਾਜ ਉਸਦਾ ਕੀਤਾ ਜਾ ਰਿਹਾ, ਮੌਕੇ 'ਤੇ ਇਲਾਜ ਕੀਤਾ ਜਾ ਰਿਹਾ ਕਿਉਂਕਿ ਬੇਹੱਦ ਲੇਟੈਸਟ ਇਹ ਹੁਣੇ ਇਹ ਜਿਹੜਾ ਇਹ ਹਾਦਸਾ ਵਾਪਰਿਆ ਹੈ, ਜਿਸ ਤੋਂ ਬਾਅਦ ਤੁਹਾਨੂੰ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਮੌਕੇ 'ਤੇ ਮੌਜੂਦ ਲੋਕਾਂ ਦੇ ਵੱਲੋਂ ਸਾਨੂੰ ਇਹ ਵੀਡੀਓਜ਼ ਜਿਹੜੀਆਂ ਉੱਥੇ ਜੋ ਪਿੰਡ ਦੇ ਲੋਕ ਸਨ ਜਿਨ੍ਹਾਂ ਨੇ ਇਸ ਜੋ ਹਾਦਸਾ ਹੋਇਆ ਉਸਨੂੰ ਆਪਣੇ ਮੋਬਾਈਲ ਦੇ ਵਿੱਚ ਕੈਪਚਰ ਕੀਤਾ ਹੈ ਉਹ ਸਾਨੂੰ ਭੇਜਿਆ ਅਤੇ ਤੁਹਾਨੂੰ ਅਸੀਂ ਤੁਹਾਡੇ ਤੱਕ ਇਹ ਤਸਵੀਰਾਂ ਪਹੁੰਚਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ। ਹਾਲਾਂਕਿ ਬਚਾਅ ਇਹ ਰਿਹਾ ਹੈ ਕਿ ਵਸੋਂ ਵਾਲੀ ਥਾਂ ਤੋਂ ਇਹ ਥੋੜ੍ਹੀ ਦੂਰ ਬਿਲਕੁਲ ਜੋ ਪਿੰਡ ਹੈ ਰੁੜਕੀ ਖਾਸ ਉਹਦੇ ਬਿਲਕੁਲ ਨਾਲ ਹੀ ਇਹ ਪਲੇਨ ਕ੍ਰੈਸ਼ ਹੋਇਆ। ਤੁਸੀਂ ਦੇਖ ਵੀ ਪਾ ਰਹੇ ਹੋ ਕਿ ਕਿੰਨੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਹਾਦਸੇ ਵਾਲੀ ਥਾਂ 'ਤੇ ਇਕੱਠੇ ਵੀ ਹੋਏ ਨੇ ਅਤੇ ਉੱਧਰ ਇਹ ਜੋ ਖੇਤ ਹੈ ਉਸ ਦੇ ਵਿੱਚ ਵੀ ਅੱਗ ਲੱਗ ਗਈ ਹੈ। ਹਾਲਾਂਕਿ ਇਹ ਹਾਲੇ ਥੋੜ੍ਹੀ ਦੇਰ ਬਾਅਦ ਗੱਲ ਸਾਹਮਣੇ ਆਵੇਗੀ ਕਿ ਜੋ ਪਲੇਨ ਕ੍ਰੈਸ਼ ਹੋਇਆ ਉਸ ਤੋਂ ਬਾਅਦ ਇਸ ਖੇਤ ਨੂੰ ਅੱਗ ਲੱਗੀ ਹੈ ਜਾਂ ਜਿਸ ਤਰੀਕੇ ਦੇ ਨਾਲ ਪਹਿਲਾਂ ਹੀ ਇਸ ਖੇਤ ਨੂੰ ਜੋ ਨਾੜ ਦਿਖ ਰਿਹਾ ਸ਼ਾਇਦ ਕਿ ਉਸਨੂੰ ਪਹਿਲਾਂ ਹੀ ਅੱਗ ਲੱਗੀ ਹੋਈ ਸੀ ਜਾਂ ਇਹ ਪਲੇਨ ਕ੍ਰੈਸ਼ ਹੋਣ ਤੋਂ ਬਾਅਦ ਖੇਤ ਦੇ ਵਿੱਚ ਅੱਗ ਲੱਗੀ ਹੈ।
सो ये तस्वीर तुसी देख पा रहे हो गढ़ शंकर दा पिंड रुड़की खास जिते फाइटर प्लेन क्रैश होया है अते पायलट ने छाल मार के अपनी जान बचाई है। हालांकि वसों वाले इलाके तो थोड़ी दूर ये प्लेन क्रैश होया है पर पिंड रुड़की खास जिहड़ा गढ़ शंकर दा ये पिंड है सो लोगों नूं हालांकि दूर रहने लिए कहा गया है। प्रशासनिक अधिकारी मौके पर पहुँचे हुए ने राहत ते बचाव कार्य जारी ने। ट्रेनिंग हो सकता कि ट्रेनिंग कई बार क्योंकि चलती है तो ट्रेनिंग दे विच पहला भी इस तरह के कई हादसे असी देखे कि वापर चुके ने ते हुण जिहड़े उच्च अधिकारी ने वह भी मौके पर पहुँचे ने। प्रशासनिक अधिकारी भी मौके पर पहुँच गए ने। पुलिस दीआं टीमां दी भी मौके पर पहुँचियां ने। राहत ते बचाव कार्य जारी ने। सो उधर अज महाराष्ट्र के औरंगाबाद के विच भी एक हादसा वापरिया जिथे 16 लोगों की मौत हो गई है। 16 मजदूर जिहड़े रेलवे पटड़ी ते सुते पए सन मालगड्डी की लपेट के विच आ गए ते इधर पंजाब दे विच अज वड्डा हादसा वापरिया है। कोरोना की महामारी चल रही है ते दूजे पासे लगातार हादसे भी हो रहे ने। सो ये गढ़ शंकर का पिंड है। एक बार फिर अपने पत्रकार दे नाल संपर्क करन दी भी कोशिश करते हैं कि कुछ अपडेट होर मिल रहा है क्योंकि मौके पर मौजूद ने साडे पत्रकार संजीव गढ़ शंकर। जिस तरीके दे नाल तस्वीरां तुहाडे कोले मुढ़लियां तस्वीरां असीं तुहानूं दिखा रहे हाँ कि प्लेन क्रैश होया फाइटर प्लेन क्रैश होया है ते अपडेट लैण की कोशिश करते हैं क्योंकि संजीव मुड़ तो तुहाडे नाल राबता कर रहे हैं। जिस तरीके दे नाल असीं तस्वीरां अपने दर्शकों तक पहुँचा रहे हैं तो की कुछ होर अपडेट मिली है जिहड़ा असीं तस्वीरां च देख पा रहे हैं संजीव कि जिहड़ा खेत है जिथे ये प्लेन क्रैश होया है उत्थे अग लगी हुई सी। की ये प्लेन क्रैश होने तो बाद विच अग लगी है जां अग जिहड़ी खेत च पहलां ही लगी हुई सी की कुछ पता लग्या? ਦੱਸਿਆ ਜਾ ਰਿਹਾ ਕਿ ਅੱਗ ਪਹਿਲੇ ਵੀ ਲੱਗੀ ਹੋਈ ਸੀਗੀ ਉਸ ਕਰਕੇ ਜ਼ਿਆਦਾ ਨੁਕਸਾਨ ਹੋਇਆ ਤੇ ਜਿਹੜਾ ਜੇ ਹੁਣ ਮੌਕੇ ਤੇ ਪਾਇਲਟ ਹੈ ਉਹਦੀ ਸਥਿਤੀ ਗੰਭੀਰ ਹੈ ਤੇ ਬਾਕੀ ਦੱਸ ਦਈਏ ਕਿ ਪ੍ਰਸ਼ਾਸਨਿਕ ਅਧਿਕਾਰੀ ਨਵਾਂ ਸ਼ਹਿਰ ਤੇ ਗੜ੍ਹ ਸ਼ੰਕਰ ਦੇ ਮੌਕੇ ਤੇ ਪਹੁੰਚ ਚੁੱਕੇ ਹੈ ਤੇ ਇਹ ਦੱਸਿਆ ਜਾ ਰਿਹਾ ਕਿ NK-5 ਦੇ ਦੱਸਿਆ ਜਾ ਰਿਹਾ ਨਾ ਜਿਹੜੇ ਪਾਇਲਟ ਹੈਗੇ ਆ ਜੀ। ਸੰਜੀਵ ਜਿਸ ਤਰੀਕੇ ਦੇ ਨਾਲ ਇਹ ਦੱਸਿਆ ਜਾ ਰਿਹਾ ਹੈ ਕਿ ਅੱਗ ਪਹਿਲਾਂ ਹੀ ਲੱਗੀ ਹੋਈ ਸੀ ਖੇਤ ਨੂੰ ਕੀ ਇਹ ਨਾੜ ਸੀਗਾ ਜਾਂ ਇਹ ਫਿਰ ਵੱਡ ਸੀਗਾ ਉੱਥੋਂ ਕਣਕ ਵੱਢ ਲਈ ਗਈ ਸੀ? ਜੀ ਦੱਸ ਦਈਏ ਕਿ ਅਸੀਂ ਮੌਕੇ ਤੇ ਇਸ ਟਾਈਮ ਮੌਜੂਦ ਹਾਂ ਆਗੇ ਇਸ ਟਾਈਮ ਵੀ ਲੱਗੀ ਹੋਈ ਹੈ ਖੇਤਾਂ ਨੂੰ ਨਾਲ ਉਹ ਅੱਗ ਲੱਗੀ ਹੈ ਤੇ ਕਾਫੀ ਵੱਡੇ ਪੱਧਰ ਤੇ ਅੱਗ ਲੱਗੀ ਹੋਈ ਹੈ ਤੇ ਦੱਸ ਦਈਏ ਕਿ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਹੈ। ਸੰਜੀਵ ਫਾਇਰ ਬ੍ਰਿਗੇਡ ਮੌਕੇ ਤੇ ਹੈ? ਨਹੀਂ ਦੱਸ ਦਈਏ ਕਿ ਫਾਇਰ ਬ੍ਰਿਗੇਡ ਦੀ ਗੱਡੀ ਤਾਂ ਅਜੇ ਤੱਕ ਕੋਈ ਨਹੀਂ ਆਈ ਹੈ। ਹਾਂ ਐਂਬੂਲੈਂਸ ਜ਼ਰੂਰ ਪਹੁੰਚੀ ਹੈ ਇੱਥੇ ਕਾਫੀ ਤੇ ਉਹ ਅਧਿਕਾਰੀ ਬਾਕੀ ਵੱਖ-ਵੱਖ ਬਿਲਕੁਲ ਸੰਜੀਵ ਬਣੇ ਰਹੋ ਸਾਡੇ ਨਾਲ। ਸੋ ਵਿੰਗ ਕਮਾਂਡਰ MK-Pandey ਦੱਸਿਆ ਜਾ ਰਿਹਾ ਹੈ ਹਾਦਸੇ ਦੇ ਵਕਤ ਪਾਇਲਟ ਨੇ ਖੁਦ ਨੂੰ ਇਜੈਕਟ ਕਰ ਲਿਆ ਪਲੇਨ ਤੋਂ ਬਾਹਰ ਆ ਗਿਆ ਤੇ ਲੜਾਕੂ ਜਹਾਜ਼ ਹੈ ਇਹ ਜੋ ਹਾਦਸਾ ਗ੍ਰਸਤ ਹੋਇਆ MiG-29 ਲੜਾਕੂ ਜਹਾਜ਼ ਦੱਸਿਆ ਜਾ ਰਿਹਾ ਹੈ ਜੋ ਖਬਰ ਮਿਲ ਰਹੀ ਹੈ ਜਿਹੜੀ ਹੁਸ਼ਿਆਰਪੁਰ ਦੇ ਗੜ੍ਹ ਸ਼ੰਕਰ ਦੇ ਵਿੱਚ ਇਹ ਹਾਦਸਾ ਵਾਪਰਿਆ। ਵਿੰਗ ਕਮਾਂਡਰ MK-Pandey ਜਿਹੜੇ ਨੇ ਉਹ ਇਸ ਜਹਾਜ਼ ਦੇ ਵਿੱਚ ਮੌਜੂਦ ਸਨ ਇਸ ਫਾਈਟਰ ਪਲੇਨ ਦੇ ਵਿੱਚ ਮੌਜੂਦ ਸਨ ਉਹ ਪਾਇਲਟ ਸਨ ਅਤੇ ਗੜ੍ਹ ਸ਼ੰਕਰ ਦੇ ਪਿੰਡ ਰੁੜਕੀ ਖਾਸ ਦੇ ਵਿੱਚ ਇਹ ਜਹਾਜ਼ ਡਿੱਗਿਆ MiG-29 ਇਹ ਲੜਾਕੂ ਜਹਾਜ਼ ਜਿਸ ਨੂੰ ਹਾਦਸਾ ਗ੍ਰਸਤ ਹੋਇਆ ਹੈ। ਸੋ ਤਸਵੀਰਾਂ ਅਸੀਂ ਤੁਹਾਨੂੰ ਹੁਸ਼ਿਆਰਪੁਰ ਦੇ ਗੜ੍ਹ ਸ਼ੰਕਰ ਦੇ ਪਿੰਡ ਰੁੜਕੀ ਖਾਸ ਦੀਆਂ ਦਿਖਾ ਰਹੇ ਹਾਂ ਜਿੱਥੇ ਹਾਦਸੇ ਦੇ ਵਕਤ ਪਾਇਲਟ ਨੇ ਖੁਦ ਨੂੰ ਬਚਾਅ ਕਰ ਲਿਆ ਇਜੈਕਟ ਕਰ ਲਿਆ ਅਤੇ ਪਿੰਡ ਤੋਂ ਥੋੜ੍ਹੀ ਦੂਰ ਇਹ ਜਹਾਜ਼ ਜੋ ਲੜਾਕੂ ਜਹਾਜ਼ ਹੈ MiG-29 ਇਹ ਡਿੱਗਿਆ ਹੈ। ਹਾਲਾਂਕਿ ਕਾਰਨ ਕੀ ਰਹੇ ਨੇ ਕੀ ਤਕਨੀਕੀ ਕੋਈ ਖਰਾਬੀ ਆਈ ਹੈ ਇਸ ਫਾਈਟਰ ਪਲੇਨ ਦੇ ਵਿੱਚ ਇਹ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ ਪਰ ਇਨਫੋਰਮੇਸ਼ਨ ਜਿਹੜੀ ਮਿਲ ਰਹੀ ਹੈ ਕਿ MK-Pandey ਜਿਹੜੇ ਵਿੰਗ ਕਮਾਂਡਰ ਸੀਗੇ ਉਹ ਪਾਇਲਟ ਸੀਗੇ ਇਸ ਜਹਾਜ਼ ਨੂੰ ਚਲਾ ਰਹੇ ਸੀਗੇ। ਸੋ ਇਹ ਲੜਾਕੂ ਜਹਾਜ਼ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹ ਸ਼ੰਕਰ ਵਿਚਲੇ ਪਿੰਡ ਰੁੜਕੀ ਖਾਸ ਦੇ ਵਿੱਚ ਇਹ ਹਾਦਸਾ ਵਾਪਰਿਆ। MiG-29 ਲੜਾਕੂ ਜਹਾਜ਼ ਹੈ ਜਿਸ ਨੂੰ ਅੱਗ ਲੱਗ ਗਈ ਕ੍ਰੈਸ਼ ਹੋ ਗਿਆ। ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਖੇਤਾਂ ਦੇ ਵਿੱਚ ਪਹਿਲਾਂ ਹੀ ਅੱਗ ਲੱਗੀ ਹੋਈ ਸੀ ਜੋ ਨਾੜ ਦੱਸਿਆ ਜਾ ਰਿਹਾ ਕਣਕ ਦਾ ਜਿੱਥੇ ਪਹਿਲਾਂ ਹੀ ਅੱਗ ਲੱਗੀ ਹੋਈ ਸੀ ਅਤੇ ਉਸੇ ਥਾਂ 'ਤੇ ਇਹ ਪਲੇਨ ਕ੍ਰੈਸ਼ ਹੋ ਕੇ ਡਿੱਗ ਪਿਆ। ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਮੌਜੂਦ ਨੇ ਅਧਿਕਾਰੀ ਮੌਜੂਦ ਨੇ ਹਾਲਾਂਕਿ ਫਾਇਰ ਬ੍ਰਿਗੇਡ ਜੋ ਹੁਣੇ ਸਾਡੇ ਪੱਤਰਕਾਰ ਸਾਨੂੰ ਦੱਸ ਕੇ ਹਟੇ ਨੇ ਫਾਇਰ ਬ੍ਰਿਗੇਡ ਮੌਕੇ 'ਤੇ ਨਹੀਂ ਪਹੁੰਚੀ। ਐਂਬੂਲੈਂਸਿਸ ਜ਼ਰੂਰ ਪਹੁੰਚੀਆਂ ਨੇ ਹਾਲੇ ਜਿਹੜਾ ਪਾਇਲਟ ਹੈ ਉਸ ਦਾ ਇਲਾਜ ਜਿਹੜਾ ਮੁੱਢਲੀ ਇਨਫੋਰਮੇਸ਼ਨ ਦੇ ਮੁਤਾਬਕ ਉੱਥੇ ਹੀ ਕੀਤਾ ਜਾ ਰਿਹਾ ਉਸਨੂੰ ਹਸਪਤਾਲ ਹੁਣ ਲਿਜਾਇਆ ਜਾਵੇਗਾ। ਪਰ ਵੱਡੀ ਖਬਰ ਤੁਹਾਨੂੰ ਦੇ ਰਿਹਾ ਕਿ MiG-29 ਲੜਾਕੂ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਪਲੇਨ ਕ੍ਰੈਸ਼ ਹੋਇਆ ਹੈ।
फाइटर प्लेन है गढ़शंकर दे रुड़की खास दे विच ए हादसा ग्रस्त होया है जहाज। सो दस दिए कि तस्वीर मुढ़लियां तुहानू दिखा रहे हाँ कि किस तरीके दे नाल ये हादसा वापरिया है। मैं 29